ਅੱਜ ਦੀ ਜਿਹੜੀ ਮੀਟਿੰਗ ਸੀਗੀ 2:30 ਵਜੇ ਸ਼ੁਰੂ ਹੋਈ ਪੰਜਾਬ ਸਰਕਾਰ ਦੇ ਫੂਡ ਮਿਨਿਸਟਰ ਲਾਲ ਚੰਦ ਕਟਾਰੂ ਚੱਕ ਅਤੇ ਗੁਰਮੀਤ ਸਿੰਘ ਖੁੱਡੀਆ ਖੇਤੀਬਾੜੀ ਮੰਤਰੀ। ਇੱਧਰੋਂ ਦੂਜੇ ਪਾਸਿਓਂ ਕਿਸਾਨਾਂ ਵਾਲੀ ਤਰਫੋਂ ਕਿਸਾਨ ਮਜ਼ਦੂਰ ਮੋਰਚਾ ਦੇ ਲੀਡਰ ਸਾਹਿਬਾਨ ਐਸ ਕੇ ਬਣਾਉਣ ਕਰਦੇ ਇਹ ਫਗਵਾੜਾ ਦੇ ਵਿੱਚ ਮੀਟਿੰਗ ਹੋਈ। ਇਸ ਮੀਟਿੰਗ ਦੇ ਵਿੱਚ 3 ਜਿਹੜੇ ਕਰੰਟ ਮੁੱਦਿਆਂ 'ਤੇ ਸੰਘਰਸ਼ ਸ਼ੁਰੂ ਕੀਤਾ ਹੋਇਆ ਸੀਗਾ ਪੰਜਾਬ ਦੇ ਵਿੱਚ, ਉਹਨਾਂ 'ਤੇ ਚਰਚਾ ਹੋਈ। ਜਿਵੇਂ ਸਭ ਤੋਂ ਵੱਡੀ ਗੱਲ ਸੀਗੀ, ਜਿਹੜਾ ਮੰਡੀਆਂ ਦੇ ਵਿੱਚ ਝੋਨੇ ਦੇ ਵਾਰ ਲੱਗ ਚੁੱਕੇ ਸਨ, ਉਹਦੀ ਖਰੀਦ ਦਾ ਮੁੱਦਾ, ਲਿਫਟਿੰਗ ਦਾ ਮੁੱਦਾ, ਇਸ ਮਸਲੇ ਦੇ ਉੱਤੇ ਸਰਕਾਰ ਦੀ ਤਰਫੋਂ 4900 ਸੈਲਰ ਦੀ ਅਲਾਟਮੈਂਟ ਦੀ ਯਕੀਨੀ ਜਿਹੜੀ ਡਾਕੂਮੈਂਟ ਉਹਨਾਂ ਨੇ ਪੇਸ਼ ਕਰਨ ਦੀ ਗੱਲ ਨੂੰ ਉੱਥੇ ਪ੍ਰਵਾਨ ਕੀਤਾ ਹੈਗਾ। ਅਤੇ 2 ਦਿਨਾਂ ਦੇ ਵਿੱਚ ਅਸੀਂ ਕਹਿੰਦੇ ਸਾਰੇ ਪੰਜਾਬ ਦੇ ਅੰਦਰ ਜਿਹੜੀ ਮੰਡੀਆਂ ਦੀ ਹਾਲਤ ਇਹੋ ਜਿਹੀ ਬਣੀ ਹੋਈ ਹੈ, ਅਸੀਂ ਉਹ ਖਰੀਦ ਵਾਲੀ ਸਾਰੀ ਗੱਲ ਹੈ ਜਿਹੜੀ ਉਹਨੂੰ ਤੁਹਾਡੀ ਨੂੰ ਪੂਰੀ ਕਰਾਂਗੇ, ਲਿਫਟਿੰਗ ਦਾ ਪੂਰਾ ਪ੍ਰਬੰਧ ਕਰਾਂਗੇ। ਅਤੇ ਨਾਲ ਦੀ ਨਾਲ ਇਹ ਵਿਸ਼ਵਾਸ ਦਵਾਇਆ ਕਿ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ, ਜਲਦੀ ਅਸੀਂ ਮਸਲੇ ਦਾ ਹੱਲ ਕਰ ਲਾਂਗੇ। ਅਤੇ ਜਿਹੜੇ ਹੁਣ ਆਪਣੇ ਅੱਜ ਦੇ ਅਗਲੀ ਗੱਲ ਇਹਦੇ ਨਾਲ ਸੀ ਵੀ ਜਿਹੜੀ ਆਪਣੀ ਦੂਜੀ ਮੇਨ ਕੱਟ ਲੱਗਿਆ ਹੈਗਾ ਕਿਸਾਨਾਂ ਪੰਜਾਬ ਦੇ, ਬਹੁਤੀਆਂ ਮੰਡੀਆਂ ਦੇ ਸੁਨੇਹ ਸਨ ਵੀ ਕਿਸਾਨਾਂ ਨੂੰ ਕੱਟ ਲੱਗ ਗਏ ਵਿੱਚ ਵੇਲੇ, ਉਹਨਾਂ ਨੂੰ ਘੱਟ ਰੇਟ 'ਤੇ ਖਰੀਦ ਲਈ ਜਾਂ ਤਾਂ ਜਾਂ ਉਹਨਾਂ ਨੂੰ ਵੇਟ ਘੱਟ ਦੇ ਤੌਰ 'ਤੇ ਘੱਟ ਵੱਧ ਲੱਗੇ। ਉਹ ਘੱਟ ਦੇ ਉੱਤੇ ਸਰਕਾਰ ਨੇ ਇਹ ਮੰਨਿਆ ਵੀ ਹਾਂ ਜਿਹੜਾ 17 ਮੁਕਤ ਦੇ ਅੰਡਰ ਆਉਣ ਦੀ ਗੱਲ ਹੈਗੀ, ਇਹ ਜਿੰਨਾ ਵੀ ਘੱਟ ਲੱਗਿਆ ਇਹਦੀ ਭਰਪਾਈ ਪੰਜਾਬ ਸਰਕਾਰ ਕਰਵਾਏਗੀ। ਅਤੇ ਭਾਵੇਂ ਲੀਗਲ ਤੌਰ 'ਤੇ ਉਹਨਾਂ 'ਤੇ ਕੋਈ ਕਾਰਵਾਈ ਕਰਨੀ ਕਿਉਂ ਨਾ ਪਵੇ, ਹੜਤੀਆਂ ਦੇ ਖਿਲਾਫ਼ ਚਾਹੇ ਉਹ ਸੈਲਰ ਮਾਲਕਾਂ ਦਾ ਦੋਸ਼ ਹੋਵੇ, ਉਹ ਕਿਸਾਨ ਨੂੰ ਇਨਸਾਫ਼ ਦੇਣ ਦੀ ਮੰਗ ਹੈ ਜਿਹੜੀ ਉਹਨਾਂ ਨੇ ਪ੍ਰਵਾਨ ਕੀਤੀ ਹੋਈ। ਇੱਥੋਂ ਅਗਲੀ ਜਿਹੜੀ ਗੱਲ ਸੀ ਆਪਣੀ ਨਾਲ ਦੀ ਨਾਲ ਸੀ ਡੀ ਏ ਪੀ ਦੀ ਖਾਦ ਵਾਲੀ, ਜਿਹੜੀ ਡੀ ਏ ਪੀ ਦੀ ਖਾਦ ਵਾਲੀ ਗੱਲ ਸੀ, ਉਹਨਾਂ ਨੇ ਕਿਹਾ ਵੀ ਅਸੀਂ 2 ਤੋਂ 4 ਦਿਨ 5 ਦਿਨ ਇਸ ਮਸਲੇ ਦੇ ਵਿੱਚ ਲੱਗਣੇ ਆ। ਡੀ ਏ ਪੀ ਆ ਰਿਹਾ, ਉਹਨਾਂ ਨੇ ਜੋ ਇਹਦੇ ਅੰਕੜੇ ਪੇਸ਼ ਕੀਤੇ ਅੱਜ ਦੇ ਵੀ ਉਹਨਾਂ ਨੇ ਪੇਸ਼ ਕੀਤੇ ਵੀ ਅੱਜ ਵੀ ਕੋਈ ਰੈਕ ਲੱਗੇ ਹੈਗੇ ਆ, ਅਸੀਂ ਕਿਸਾਨਾਂ ਤੱਕ ਉਪਲਬਧ ਕਰਾਵਾਂਗੇ, ਯਕੀਨੀ 2-4 ਦਿਨਾਂ 'ਚ ਇਹ ਘਾਟ ਪੂਰੀ ਹੋ ਗਈ। ਅਗਲੀ ਗੱਲ ਸੀਗੀ ਜਿਹੜੀ ਆਪਣੀ ਪਰਾਲੀ ਵਾਲੀ, ਪਰਾਲੀ ਵਾਲੇ ਮਸਲੇ ਦੇ ਉੱਤੇ ਕੁਛ ਅਜੇ ਉਸ ਤਰ੍ਹਾਂ ਦਾ ਨਹੀਂ ਪ੍ਰੋਪਰ ਹੱਲ ਸਰਕਾਰ ਵੱਲੋਂ ਦਿੱਤਾ ਗਿਆ ਕਿਸਾਨਾਂ ਨੂੰ, ਜਿਹਦੇ ਨਾਲ ਪਰਾਲੀ ਵਾਲੇ ਮਸਲੇ ਦਾ ਕੋਈ ਹੱਲ ਨਹੀਂ ਹੋ ਜਾਂਦਾ। ਸੋ ਨਾਲ ਦੀ ਨਾਲ ਇਹ 3 ਗੱਲਾਂ ਦੇ ਉੱਤੇ ਕਿਸਾਨਾਂ ਨੇ ਇਸ ਗੱਲ ਨੂੰ ਮੰਨਿਆ ਵੀ ਕੋਈ ਗੱਲ ਨਹੀਂ, ਜੇ ਤੁਸੀਂ ਇੰਨੀ ਵਿਸ਼ਵਾਸ ਅਤੇ ਭਰੋਸੇ ਨਾਲ ਗੱਲ ਕਹਿਣਾ ਚਾਹੁੰਦੇ ਹੋ ਤਾਂ ਅਸੀਂ ਦੇਖ ਲੈਂਦੇ ਹਾਂ। ਇੱਕ ਵਾਰੀ ਅਸੀਂ ਸੜਕਾਂ ਦੇ ਘਰਾਉ ਨੂੰ ਹਟਾ ਕੇ ਅੰਦੋਲਨ ਨੂੰ ਸਾਈਡ 'ਤੇ ਕਰ ਲੈਂਦੇ ਹਾਂ, ਪਰ ਅੰਦੋਲਨ ਵਾਪਸ ਨਹੀਂ ਹੋਏਗਾ। ਅਸੀਂ ਅੰਦੋਲਨ ਨੂੰ ਲਗਾਤਾਰ ਸੜਕਾਂ ਨੂੰ ਛੱਡ ਕੇ, ਜਿਹੜੀਆਂ ਸੜਕਾਂ ਬਲੌਕ ਕੀਤੀਆਂ ਹੋਈਆਂ ਨੇ 4 ਥਾਵਾਂ ਦੇ ਉੱਤੇ ਪੰਜਾਬ ਦੇ ਅੰਦਰ, ਉਹਨਾਂ ਸੜਕਾਂ ਨੂੰ ਖੋਲ੍ਹ ਦਿਆਂਗੇ। ਰੇਲ ਦਾ ਜਾਮ ਹੈ, ਉਹ ਵੀ ਖੁੱਲ੍ਹ ਸਕਦਾ ਹੈ, ਪਰ ਨਾਲ ਦੀ ਨਾਲ ਕਿਸਾਨ ਸ਼ੈੱਡਾਂ ਦੇ ਉੱਤੇ ਧਰਨਾ ਜਾਰੀ ਰੱਖਣਗੇ। ਇਹ ਜਿੰਨੀਆਂ ਸਰਕਾਰ ਨਾਲ ਗੱਲਾਂ ਬਾਤਾਂ ਹੋਈਆਂ ਨੇ, ਇਹਦਾ ਅਮਲ 2 ਦਿਨਾਂ ਦੇ ਵਿੱਚ ਸਾਨੂੰ ਸਾਹਮਣੇ ਆਊਗਾ। ਜੇ ਸਾਨੂੰ ਲੱਗਿਆ ਵੀ ਅਮਲ ਮੁਤਾਬਕ ਠੀਕ ਸਰਕਾਰ ਕੰਮ ਕਰ ਰਹੀ ਹੈ ਜੋ ਉਹਨਾਂ ਨੇ ਗੱਲਬਾਤ ਕੀਤੀ ਹੈ, ਕਿਉਂਕਿ ਪਹਿਲਾਂ ਸਰਕਾਰਾਂ ਕੀ ਕਰਦੀਆਂ, ਗੱਲਬਾਤ ਕਰਦੀਆਂ, ਉਸ ਤੋਂ ਬਾਅਦ ਉਹਦੇ 'ਤੇ ਖਰੀਆਂ ਨਹੀਂ ਉਤਰਦੀਆਂ, ਬਦਲ ਜਾਂਦੀਆਂ। ਆਪਾਂ ਵੀ 1-2 ਦਿਨ ਅਮਲ ਇਹ ਦੇਖਾਂਗੇ, ਜੇ ਨਾ ਮਸਲੇ ਦਾ ਹੱਲ ਹੋਇਆ ਤਾਂ ਦੁਬਾਰਾ ਸੜਕਾਂ ਬਲੌਕ ਕੀਤੀਆਂ ਜਾ ਸਕਦੀਆਂ ਨੇ, ਪਰ ਕਿਸਾਨਾਂ ਦਾ ਦਾਣਾ ਦਾਣਾ ਵਖਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਡੀ ਏ ਪੀ ਤੋੜ ਪੂਰੀ ਕਰਾਉਣ ਦਾ ਮਸਲਾ ਹੈਗਾ, ਅਤੇ ਨਾਲ ਦੀ ਨਾਲ ਕੱਟ ਵਾਲਾ ਮਸਲਾ ਹੈਗਾ, ਜਿਹੜੀ ਕਿਸਾਨਾਂ ਨੂੰ ਕੱਟ ਲਾ ਕੇ ਲੁੱਟ ਦਿੱਤੀ ਗਈ ਹੈ। ਅਤੇ ਹੋਰ ਭਾਵੇਂ ਡੀ ਏ ਪੀ ਖਾਦ ਨਾਲ ਜਿਹੜੀਆਂ ਚੀਜ਼ਾਂ ਵੇਚੀਆਂ ਜਾ ਰਹੀਆਂ ਨੇ, ਚਾਹੇ ਨੈਨੋ ਯੂਰੀਆ ਵਗੈਰਾ ਵਗੈਰਾ, ਉਹ ਬੰਦ ਕਰਵਾਉਣ ਦਾ ਸਵਾਲ ਹੈਗਾ, ਪਰਾਲੀ ਦਾ ਸਵਾਲ ਹੈਗਾ। ਇਹ ਮੰਗਾਂ ਦੇ ਉੱਤੇ ਸੰਘਰਸ਼ ਆਪਾਂ ਹਜੇ ਵਾਪਸ ਨਹੀਂ ਲਿਆ, ਅਮਲ ਦੇਖਾਂਗੇ ਸਰਕਾਰ ਦਾ, ਤਾਂ ਹੀ ਘਰਾਂ ਨੂੰ ਜਾਣਗੇ ਕਿਸਾਨ ਜਦੋਂ ਸਰਕਾਰ ਦੀਆਂ ਇਹਨਾਂ ਸਾਰੀਆਂ ਮੰਗਾਂ ਦੇ ਉੱਤੇ ਅਮਲ ਨੂੰ ਕਿਸਾਨਾਂ ਨੂੰ ਲੱਗਿਆ ਵੀ ਕੰਮ ਜਿੰਨਾ ਉਹਨਾਂ ਨੇ ਸਾਡੇ ਨਾਲ ਟੈਕਨੀਕਲ ਤੌਰ 'ਤੇ ਵਾਅਦਾ ਕੀਤਾ ਹੈਗਾ ਉਹਨੂੰ ਅਮਲ ਦੇ ਵਿੱਚ ਲਿਆਂਦਾ ਜਾਂ ਨਹੀਂ ਲਿਆਂਦਾ। ਸੋ ਉਨੀ ਦੇਰ ਇਹ ਧਰਨਾ ਜਾਰੀ ਹੈ।